उन्हें उन्हें जुर्म दसना है तेरे ते की जुर्म है की एफ आई आर है ते तेनू केड़े थाने च लजाया जा रहा है किथे लजाया जा रहा सारा कुछ दसना है उहदे रिश्तेदारां नूं नाल दस्तखत कराउणे ने जे उह नहीं हैगे जां नहीं करदे तां किसे मुअज्ज़ज़ बंदिआं ने कराउणे ने जिहनूं मुअत्तबर कहिंदे ने पुलिस साहिब दी भाषा च विआहां च नशा सुट्टे जा रहे ने ते कोई घरे बैठ के शराब पी रहा है उहनूं कि चौक मिल गया कहिंदा वी तुसीं पैग लाए होए पैग लाउण दा हक है सानूं असीं कोई सड़क जखड़ के ला रहे हां ते मैनूं नहीं लगदा वी पंजाब दी अंख बचेगी ਉਹ ਅਰੈਸਟ ਕਰਨਾ ਹੈ ਉਹ ਕਹਿੰਦਾ ਸਾਨੂੰ ਵਰੰਟ ਦੀ ਲੋੜ ਨਹੀਂ ਉਹ ਐਫ ਆਈ ਆਰ ਦਿਖਾਵੇ ਉਹ ਐਫ ਆਈ ਆਰ ਵੀ ਨਹੀਂ ਦਿਖਾ ਰਿਹਾ ਉਹ ਕਹਿੰਦਾ ਬਾਈ ਜੀ ਮੈਨੂੰ ਖਿੱਚਣ ਦੀ ਕੀ ਲੋੜ ਆ ਮੈਂ ਤਾਂ ਆਪ ਹੀ ਜਾਣ ਨੂੰ ਤਿਆਰ ਹਾਂ ਮੈਂ ਤੁਹਾਨੂੰ ਨਾ ਕਦ ਕਰੀ ਹੈ ਉਹ ਫਿਰ ਕਹੀ ਜਾਂਦਾ ਮੈਂ ਹੁਣੇ ਇਸੇ ਵਕਤ ਫੋਰਸ ਬਲਾਂ ਨੂੰ ਅਜੇ ਤਾਂ ਜਦੋਂ ਵਿੱਚ ਆਇਆ ਨਹੀਂ ਐਂ ਫੋਨ 'ਤੇ ਗੱਲ ਕਰ ਰਿਹਾ ਉਹ ਕਹਿੰਦਾ ਆਈਏ ਉਹ ਕਹਿੰਦਾ ਨਹੀਂ ਨਹੀਂ ਅਜੇ ਠਹਿਰੋ ਇਹ ਜਿਹੜਾ ਤੌਰ ਤਰੀਕਾ ਹੈ ਇਹ ਗੁੰਡਿਆਂ ਵਾਲਾ ਤੌਰ ਤਰੀਕਾ ਹੈ ਮੈਂ ਸ਼ਬਦ ਵਰਤ ਰਿਹਾ ਇਹ ਗੁੰਡਿਆਂ ਵਾਲਾ ਤੌਰ ਤਰੀਕਾ ਇਹ ਪੁਲਿਸ ਵਾਲਾ ਤੌਰ ਤਰੀਕਾ ਨਹੀਂ ਹੈ ਪੁਲਿਸ ਦਾ ਤਰੀਕਾ ਹੋ ਜਾਵੇ ਉੱਥੇ ਜੋ ਮੁਹਤਮਰ ਬੰਦਿਆਂ ਨੂੰ ਇਕੱਠੇ ਕਰਦੇ ਕਿ ਜੀ ਅਸੀਂ ਇਹਨੂੰ ਗ੍ਰਿਫਤਾਰ ਕਰਨਾ ਇਹਦੇ ਤੇ ਆਹ ਜੁਰਮਾ ਆਹ ਐਫ ਆਈ ਆਰ ਹੈ ਉਹਨੂੰ ਗ੍ਰਿਫਤਾਰ ਕਰ ਲਿਆਉਂਦੇ ਹਾਂ ਜੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਫਿਰ ਉਹਦੇ ਪਿੱਛੇ ਪੈਂਦੇ ਉਹ ਉੱਥੇ ਸੋਫੇ ਤੇ ਬੈਠਾ ਉਹ ਕਹਿੰਦਾ ਮੈਂ ਜਾਣ ਨੂੰ ਤਿਆਰ ਹਾਂ ਉਹਨੇ ਉਹਨੂੰ ਜੁਰਮ ਦੱਸਣਾ ਹੈ ਤੇਰੇ ਤੇ ਕੀ ਜੁਰਮ ਹੈ ਕੀ ਐਫ ਆਈ ਆਰ ਹੈ ਤੇ ਤੈਨੂੰ ਕਿਹੜੇ ਥਾਣੇ 'ਚ ਲਜਾਇਆ ਜਾ ਰਿਹਾ ਹੈ ਕਿੱਥੇ ਲਜਾਇਆ ਜਾ ਰਿਹਾ ਸਾਰਾ ਕੁਛ ਦੱਸਣਾ ਹੈ ਉਹਦੇ ਰਿਸ਼ਤੇਦਾਰਾਂ ਨੂੰ ਨਾਲ ਦਸਤਖਤ ਕਰਾਉਣੇ ਨੇ ਜੇ ਉਹ ਨਹੀਂ ਹੈਗੇ ਜਾਂ ਨਹੀਂ ਕਰਦੇ ਤਾਂ ਕਿਸੇ ਮੁਅੱਜ਼ਜ਼ ਬੰਦਿਆਂ ਦੇ ਕਰਾਉਣੇ ਨੇ ਜਿਹਨੂੰ ਮੁਅਤਬਰ ਕਹਿੰਦੇ ਨੇ ਪੁਲਿਸ ਸਾਹਿਬ ਦੀ ਭਾਸ਼ਾ 'ਚ ਇਹ ਕੁਛ ਵੀ ਨਹੀਂ ਕਰਿਆ ਤੋ ਬਾਰ ਬਾਰ ਇਹ ਕਹਿ ਰਿਹਾ ਮੈਂ ਹੁਣੇ ਮੈਂ ਇਸੇ ਵਕਤ ਤੁਸੀਂ ਜਾ ਤਾਂ ਰਹੇ ਨਹੀਂ ਕਹਿੰਦਾ ਜਿਸ ਤਰੀਕੇ ਨਾਲ ਉਹ ਬੋਲ ਰਿਹਾ ਹੈ ਜਿਹਨੇ ਉਹ ਉਹਨੇ ਸਾਡੀ ਨਿੱਜਤਾ ਦੇ ਉੱਤੇ ਵੀ ਹਮਲਾ ਕਰਿਆ ਸਰਕਾਰ 10,325 ਕਰੋੜ ਰੁਪਈਆ ਆਪਦੇ ਜੀ ਐਸ ਟੀ ਟੋਟਲ ਜਿਹੜਾ ਰੈਵਨਿਊ ਹੈ ਉਹਦਾ 5ਵਾਂ ਹਿੱਸਾ ਕੱਲੀ ਸ਼ਰਾਬ 'ਚੋਂ ਕਮਾ ਰਹੀ ਹੈ ਹੋਟਲਾਂ 'ਚ ਬੱਸਾਂ ਸੁੱਤੇ ਜਾਂਦੇ ਨੇ ਵਿਆਹਾਂ 'ਚ ਬੱਸਾਂ ਸੁੱਤੇ ਜਾ ਰਹੇ ਨੇ ਅਤੇ ਕੋਈ ਘਰੇ ਬੈਠ ਕੇ ਸ਼ਰਾਬ ਪੀ ਰਿਹਾ ਹੈ ਉਹਨੂੰ ਕਿ ਚੌਕ ਮਿਲ ਗਿਆ ਕਹਿੰਦਾ ਵੀ ਤੁਸੀਂ ਪੈਗ ਲਾਏ ਹੋਏ ਪੈਗ ਲਾਉਣ ਦਾ ਹੱਕ ਹੈ ਸਾਨੂੰ ਅਸੀਂ ਕੋਈ ਸੜਕ ਜਖੜ ਕੇ ਲਾ ਰਹੇ ਹਾਂ ਅਸੀਂ ਆਪਦੇ ਘਰ ਬੈਠੇ ਉਹ ਜਾਣਬੁੱਝ ਕੇ ਬਦਮਾਸ਼ੀ ਕਰ ਰਿਹਾ ਸੀ ਮੈਂ ਸ਼ਬਦ ਵਰਤ ਰਿਹਾ ਵੀ ਉਹ ਬਦਮਾਸ਼ੀ ਕਰ ਰਿਹਾ ਸੀ ਕਿ ਜੇ ਇਹੋ ਜਿਹੇ ਪੁਲਿਸੀ ਉੱਠ ਕੇ ਇੱਦਾਂ ਪੰਜਾਬ ਦੀ ਇੱਜ਼ਤ ਨੂੰ ਰੋਲਣ ਲੱਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੀ ਅੰਖ ਬਚੇਗੀ ਉਹ ਅਰੈਸਟ ਕਰਨਾ ਹੈ ਉਹ ਕਹਿੰਦਾ ਸਾਨੂੰ ਵਰੰਟ ਦੀ ਲੋੜ ਨਹੀਂ ਉਹ ਐਫ ਆਈ ਆਰ ਦਿਖਾਵੇ ਉਹ ਐਫ ਆਈ ਆਰ ਵੀ ਨਹੀਂ ਦਿਖਾ ਰਿਹਾ ਸੈਕਸ਼ਨ ਦੱਸਣ ਨੂੰ ਤਿਆਰ ਨਹੀਂ ਫਿਰ ਉਹਨੇ ਐਕਸਪਲੇਨ ਕਰਨਾ ਵੀ ਸੈਕਸ਼ਨ ਦਾ ਮਤਲਬ ਕੀ ਹੈ ਉਹ ਸੈਕਸ਼ਨ ਦੇ ਤਹਿਤ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਅਤੇ ਉਹਦੇ ਵਿੱਚ ਉਹਨੂੰ ਅਰੈਸਟ ਹੀ ਨਹੀਂ ਕਰਨਾ ਜਿੱਥੇ 7 ਸਾਲ ਤੋਂ ਘੱਟ ਦੀ ਸਜ਼ਾ ਹੋਵੇ ਜੁਰਮ ਦੀ ਉਸ ਦੇ ਵਿੱਚ ਅਰੈਸਟ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਸਾਬਤ ਕਰਨਾ ਪੈਂਦਾ ਵੀ ਇਹਦਾ ਜਿਹੜਾ ਗ੍ਰਿਫਤਾਰ ਕਰਨਾ ਜ਼ਰੂਰੀ ਸੀ ਸੋ ਨਾ ਉਹਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੰਨੀਆਂ ਨਾ ਹਾਈ ਕੋਰਟ ਦੀਆਂ ਮੰਨੀਆਂ ਉਹ ਰੱਬ ਆ ਗਿਆ ਇਸ ਕਰਕੇ ਮੈਨੂੰ ਲੱਗਦਾ ਵੀ ਦੇਖਣ ਨੂੰ ਕਈ ਵਾਰ ਲੱਗਦਾ ਹੁੰਦਾ ਵੀ ਇਹ ਤਾਂ ਪੰਗੇ ਬਾਜ਼ ਨੇ ਯਾਰ ਪੰਗਾ ਲਈ ਜਾਂਦੇ ਨੇ ਮੈਂ ਕਹਿੰਦਾ ਪੰਗਾ ਲੈਣਾ ਹੀ ਪਊਗਾ ਜੇ ਸਾਡੀ ਪੱਗ ਨੂੰ ਵਾਰ ਵਾਰ ਇਸ ਪੁਲਿਸ ਤੋਂ ਭਗਵੰਤ ਮਾਨ ਦੀ ਸਰਕਾਰ ਹੱਥ ਪਵਾਏਗੀ ਆਪ ਤਾਂ ਭਗਵੰਤ ਮਾਨ ਸ਼ਰਾਬ ਪੀ ਲੱਗਦਾ ਜੇ ਕੋਈ ਉਹਨੂੰ ਪੁੱਛ ਲਏ ਵੀ ਤੇਰਾ ਸੀ ਐਮ ਤਾਂ ਸਾਰਾ ਅੰਗਰੇਜ਼ਾਂ ਪਿਆ ਹੁੰਦਾ ਸ਼ਰਾਬ ਨਾਲ ਉੱਥੇ ਤਾਂ ਦਿਨ ਤੇਰਾ ਜ਼ੋਰ ਨਹੀਂ ਚੱਲਦਾ ਸੋ ਇਹ ਉਹਨੇ ਬੇਇੱਜ਼ਤੀ ਕਰੀ ਆ ਅਸੀਂ ਤਾਂ ਸੁਣਾਈ ਹੈ ਵੀ ਆਪਾਂ ਸਾਰਿਆਂ ਨੂੰ ਪਤਾ ਲੱਗ ਜੇ ਕਈ ਸੋਚਣਗੇ ਵੀ ਨਹੀਂ ਪਤਾ ਨਹੀਂ ਉਹ ਜਾਣ ਨੂੰ ਤਿਆਰ ਨਹੀਂ ਹੋਣਾ ਜੀ ਪਤਾ ਨਹੀਂ ਉਹਨਾਂ ਨਾਲ ਕੋਈ ਧੱਕਾ ਮੁੱਕੀ ਕਰਦੇ ਹੋਣ ਤਾਂ ਕਿ ਸਾਨੂੰ ਸਾਰਿਆਂ ਨੂੰ ਸਪਸ਼ਟ ਹੋਵੇ ਉਹ ਕਹਿੰਦਾ ਬਾਈ ਜੀ ਮੈਨੂੰ ਖਿੱਚਣ ਦੀ ਕੀ ਲੋੜ ਆ ਮੈਂ ਤਾਂ ਆਪ ਹੀ ਜਾਣ ਨੂੰ ਤਿਆਰ ਹਾਂ ਮੈਂ ਤੁਹਾਨੂੰ ਨਾ ਕਦ ਕਰੀ ਹੈ ਉਹ ਫਿਰ ਕਹੀ ਜਾਂਦਾ ਮੈਂ ਹੁਣੇ ਇਸੇ ਵਕਤ ਫੋਰਸ ਬਲਾਂ ਨੂੰ ਅਜੇ ਤਾਂ ਜਦੋਂ ਵਿੱਚ ਆਇਆ ਨਹੀਂ ਐਂ ਫੋਨ 'ਤੇ ਗੱਲ ਕਰ ਰਿਹਾ ਉਹ ਕਹਿੰਦੇ ਆਈਏ ਉਹ ਕਹਿੰਦਾ ਨਹੀਂ ਨਹੀਂ ਅਜੇ ਠਹਿਰੋ ਇਹ ਜਿਹੜਾ ਤੌਰ ਤਰੀਕਾ ਹੈ ਇਹ ਗੁੰਡਿਆਂ ਵਾਲਾ ਤੌਰ ਤਰੀਕਾ ਹੈ ਮੈਂ ਸ਼ਬਦ ਵਰਤ ਰਿਹਾ ਇਹ ਗੁੰਡਿਆਂ ਵਾਲਾ ਤੌਰ ਤਰੀਕਾ ਇਹ ਪੁਲਿਸ ਵਾਲਾ ਤੌਰ ਤਰੀਕਾ ਨਹੀਂ ਹੈ ਪੁਲਿਸ ਦਾ ਤਰੀਕਾ ਹੋ ਜਾਵੇ ਉੱਥੇ ਜੋ ਮੁਹਤਮਰ ਬੰਦਿਆਂ ਨੂੰ ਇਕੱਠੇ ਕਰਦੇ ਕਿ ਜੀ ਅਸੀਂ ਇਹਨੂੰ ਗ੍ਰਿਫਤਾਰ ਕਰਨਾ ਹੈ ਇਹਦੇ 'ਤੇ ਆਹ ਜੁਰਮਾ ਆਹ ਐਫ ਆਈ ਆਰ ਹੈ ਉਹਨੂੰ ਗ੍ਰਿਫਤਾਰ ਕਰ ਲਿਆਉਂਦੇ ਹਾਂ ਜੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਫਿਰ ਉਹਦੇ ਪਿੱਛੇ ਪੈਂਦੇ ਉਹ ਉੱਥੇ ਸੋਫੇ 'ਤੇ ਬੈਠਾ ਉਹ ਕਹਿੰਦਾ ਮੈਂ ਜਾਣ ਨੂੰ ਤਿਆਰ ਹਾਂ ਸੋ ਮੈਨੂੰ ਐਂ ਲੱਗਦਾ ਵੀ ਅੱਜ
कि भगवंत मान सरकार ने जिहड़ा माड़ा मोटा रहिंदा खुंदा सी ਉਹ ਵੀ ਖਤਮ ਕਰਤਾ ਵੀ ਤੁਹਾਡੇ ਘਰਾਂ 'ਚ ਜਾ ਕੇ ਅਸੀਂ ਆਹ ਕੁਛ ਕਰ ਸਕਦੇ ਹਾਂ। ਅਗਲੀ ਗੱਲ, ਮੈਂ ਕੋਈ ਐਂ ਨਹੀਂ ਹਾਂ ਵੀ ਮੈਂ ਕਿਸੇ ਗਰੀਬ ਨੂੰ ਇਹ ਕਹਿਣਾ, ਗਰੀਬਾਂ ਦੀਆਂ ਝੋਪੜੀਆਂ ਤਾਂ ਰੋਜ਼ ਹੀ ਹੁੰਦਾ, ਹੁਣ ਉਹ ਉਹਨਾਂ ਦੇ ਵੀ ਹੋਣ ਲੱਗ ਗਿਆ ਜਿੱਥੋਂ ਡਰ ਹੈ ਉਹਨਾਂ ਨੂੰ। ਛੋਟੀ ਜਿਹੀ ਉਦਾਹਰਨ ਦੇ ਕੇ ਫਿਰ ਆਪਣੀ ਬਾਕੀਆਂ ਨੂੰ ਬੁਲਾਉਣਾ ਸ਼ੁਰੂ ਕਰਾਂਗਾ। ਮੇਰੇ ਕੋਲ ਇੱਕ ਵਾਰੀ ਇੱਕ ਸਿਪਾਹੀ ਨੂੰ ਫੜ ਲੈਂਦੇ, ਉਹਨੇ ਸ਼ਰਾਬ ਪੀਤੀ ਹੋਈ ਸੀ। ਮੈਂ ਉਹਨੂੰ ਪੁੱਛਿਆ ASI ਨੂੰ, ਉਹ ਮੈਂ ਕਿਹਾ ਤੁਸੀਂ ਤਾਂ ਕਦੇ ਸਿਪਾਹੀ ਨੂੰ ਫੜਦੇ ਨਹੀਂ, ਇਹ ਅੱਜ ਕਿਉਂ ਫੜ ਲੈਂਦਾ? ਕਹਿੰਦਾ ਜੀ SP ਸਾਹਿਬ ਦੀ ਕੋਠੀ ਅੱਗੇ ਖੋਲੂ ਪਾ ਰਿਹਾ ਸੀ। ਮੈਂ ਉਹਨੂੰ ਕਹਾਂ ਸ਼ਾਬਾਸ਼ ਸ਼ੇਸ਼ਰ, ਗਰੀਬਾਂ ਦੇ ਅੱਗੇ ਤਾਂ ਰੋਜ਼ ਹੀ ਖੋਲੂ ਪਾਉਂਦੇ, ਤਾਂ ਹਿੰਮਤ ਕਰੀ ਹੈ। ਮੈਂ ਸੱਚ ਵੀ ਸੀ, ਉਹ ਝੂਠ ਨਹੀਂ ਲਿਖਿਆ। ਹੀ ਸਮੈਲਿੰਗ ਆਫ ਅਲਕੋਹਲ ਬਟ ਹੀ ਇਜ਼ ਨੋਟ ਅੰਡਰ ਦੀ ਇਨਫਲੂਐਂਸ ਆਫ ਅਲਕੋਹਲ। ਸ਼ਰਾਬ ਪੀਤੀ ਹੋਈ ਹੈ ਨੇ, ਪਰ ਸ਼ਰਾਬ ਦਾ ਪ੍ਰਭਾਵ ਨਹੀਂ ਹੈ ਇਹਦੇ। ਜਾਓ ਤੋੜ ਲਓ ਮੇਰੀ ਟੰਗ ਜਿਹੜੀ ਤੋੜਨੀ ਹੈ, ਉਹਦੇ ਹੈ ਵੀ ਨਹੀਂ ਸੀ। ਅਤੇ ਜਦ ਤੱਕ ਇਹ ਗੱਲ ਨਹੀਂ ਅਸੀਂ ਦੇਖਦੇ, ਉਹ ਤੱਕ ਔਖਾ ਹੈ। ਇਸ ਤੋਂ ਅਗਲਾ ਐਕਸ਼ਨ ਹਾਈ ਕੋਰਟ ਦਾ ਮੈਂ ਦੱਸ ਦਿੰਦਾ। ਹਾਈ ਕੋਰਟ 'ਚ ਕੁਐਸ਼ਨ ਪਾਈ ਸੀ ਸ਼੍ਰੀ RS ਚੀਮਾ ਜੀ, ਜਿਹੜੇ ਕ੍ਰਿਮੀਨਲ ਲਾ ਦੇ ਆਪਾਂ ਨੂੰ ਪਤਾ, ਐਡੇ ਵੱਡੇ ਐਡਵੋਕੇਟ ਨੇ, ਉਹਨਾਂ ਨੇ ਆਪ ਸਾਰਾ ਤਿਆਰ ਕਰਿਆ ਕੇਸ। 12 ਘੰਟੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰੀ ਇਸ ਕੇਸ 'ਤੇ, ਆਪੇ ਟਰਾਂਸਲੇਸ਼ਨ ਕਰੀ ਹੈ, ਆਪੇ ਟਰਾਂਸਕ੍ਰਿਪਟ ਤਿਆਰ ਕਰੀ ਹੈ। ਇੱਕ ਮਿੰਟ ਨਹੀਂ ਉਹਨਾਂ ਨੇ ਕਿਸੇ ਨੂੰ ਨਹੀਂ ਵੀ ਆਹ ਮੁੰਚੀ ਤੋਂ ਕਹੋ ਉੱਥੋਂ ਨਾ, ਆਪੇ ਸਾਰਾ ਕੁਛ ਕਰਕੇ ਕਰਿਆ। ਅੱਜ ਉਹ ਕੇਸ ਲੱਗਿਆ ਸੀਗਾ ਅਤੇ ਅੱਜ ਉਹਦੇ 'ਚ ਨੋਟਿਸ ਹੋ ਗਿਆ 22 ਤਰੀਕ ਵਾਸਤੇ। ਅਤੇ ਨੀਚੇ ਹਾਈ ਲੋਅਰ ਕੋਰਟ ਵਾਲਿਆਂ ਨੇ ਗੈਰ ਕਾਨੂੰਨੀ ਹੁਕਮ ਕਰੇ ਹੋਏ ਨੇ। ਉਹ ਦੋ ਤਰ੍ਹਾਂ ਦੇ ਹੁਕਮ ਗੈਰ ਕਾਨੂੰਨੀ ਨੇ, ਤਾਂ ਕਿ ਤੁਹਾਡੀ ਉਸ ਗੱਲ 'ਚ ਧਿਆਨ 'ਚ ਆ ਜਾਏ। ਇੱਕ ਇਹ ਹੈ ਜਿਹੜਾ ਪਹਿਲੇ ਦਿਨ ਪੇਸ਼ ਕਰਿਆ 17 ਤਰੀਕ ਨੂੰ ਮਾਦੀ ਸਾਹਿਬ ਨੂੰ, ਪਹਿਲਾਂ ਅਰੈਸਟ ਗ੍ਰਿਫਤਾਰੀ ਗਲਤ ਕਰੀ ਗਈ। ਗ੍ਰਿਫਤਾਰੀ ਦੇ ਵਿੱਚ ਇਹ ਹੈ ਕਿ FIR ਜਿਹਨੇ ਕਰਾਈ ਹੈ ਅਮਿਤ ਜੈਨ ਨੇ, ਉਹ 6:40 'ਤੇ, ਜਿਹਨੂੰ ਆਪਾਂ ਕਹਿੰਦੇ ਰੋਜ਼ਨਾਮ 'ਚ DDR, ਉਹ 6:40 'ਤੇ ਦਰਜ ਆ FIR 'ਚ, 6:40 'ਤੇ ਸਾਨੂੰ ਸੂਚਨਾ ਮਿਲੀ ਹੈ। 7:05 ਲਿਖਦੇ ਨੇ ਉਹਨੂੰ, 7:19, 7:05 'ਤੇ ਉਹ FIR ਦਰਜ ਹੋਈ ਹੈ। ਚਲੋ ਮੰਨ ਲਓ ਵੀ ਉਹਨਾਂ ਨੇ 15-20 ਮਿੰਟਾਂ 'ਚ ਇੰਨੀ ਲੰਬੀ ਕਰ ਲਈ ਦਰਜ, ਜੇ ਆਪਾਂ ਇਹ ਵੀ ਮੰਨ ਲਈਏ ਹੁਣ ਸਾਰੀ। ਫਿਰ ਉਸ ਤੋਂ ਬਾਅਦ ਉਹਨਾਂ ਦਾ ਐਡਰੈਸ ਹੈ ਰੇਜੰਸੀ ਹਾਈਟਸ ਦਾ, ਉੱਥੇ ਗਏ ਲੱਭਿਆ, ਜਿਵੇਂ ਅੱਜ ਦੇਖੀਏ। 8:54 'ਤੇ ਰਣਜੀਤ ਸਿੰਘ ਜੀ ਦਾ ਮੈਨੂੰ ਫੋਨ ਆ ਗਿਆ ਕਿ ਡਾਕਟਰ ਸਾਹਿਬ ਮਾਲੀ ਸਾਹਿਬ ਨੂੰ ਚੁੱਕੇ ਲੱਗੀ ਪੁਲਿਸ। 8:30 ਚੁੱਕੇ ਲੱਗੇ, 5-7 ਮਿੰਟ ਜਾਂ ਜਿਹੜੀ ਹੋਈ ਆ ਇਹ ਵੀ ਹੈ। ਸੋ 8:20-15:20 'ਚ ਉਹ ਰਣਜੀਤ ਸਿੰਘ ਦੇ ਘਰ, ਜਿਹਦਾ ਉਹਨਾਂ ਨੂੰ ਕੋਈ ਐਡਰੈਸ ਨਹੀਂ ਪਤਾ, ਕੋਈ ਕੁਛ ਨਹੀਂ ਪਤਾ, ਉੱਥੇ ਪਹੁੰਚੇ। ਇਹ ਤਾਂ ਸਪਸ਼ਟ ਹੈ, ਅਤੇ ਸਾਡੇ ਵਕੀਲ ਸਾਹਿਬ ਵੀ ਇਸ ਗੱਲ ਦੀ ਰਾਏ ਦੇ ਨੇ ਵੀ FIR ਬਾਅਦ 'ਚ ਲਿਖੀ ਗਈ ਹੈ। ਇਸੇ ਕਰਕੇ ਉੱਥੇ Section 67 ਲਿਖਤੀ, ਕਹਿਤਾ ਵੀ Section 67 IT Act ਦੇ ਅੰਡਰ ਹੈ, Section 67 FIR ਤਾਂ ਦਰਜ ਹੀ ਨਹੀਂ ਹੈ, ਉਹ 196-299 ਨਿਆਇ ਸਹਾਇਤਾ ਦੇ ਤਹਿਤ ਹੈ। ਸੋ ਇਹ ਤੋਂ ਪਤਾ ਲੱਗਦਾ ਵੀ FIR ਤਾਂ ਉਹ ਗਿੱਦੜ ਗੁੰਮਾਈ ਸੀ, ਬਹਾਨਾ ਸੀ। ਇਸੇ ਕਰਕੇ ਦਿਖਾਉਣਾ ਕੀ ਹੈ ਜੇ ਦਰਜ ਹੀ ਨਹੀਂ ਹੋਈ, ਸਾਨੂੰ ਲੋੜ ਨਹੀਂ ਦਿਖਾਉਣ ਦੀ, ਅਸੀਂ ਤੁਹਾਨੂੰ ਹਰੇਕ ਗੱਲ ਨਹੀਂ ਦੱਸ ਸਕਦੇ। ਇਸ ਤਰ੍ਹਾਂ ਦਾ ਹਾਲ ਹੈ। ਹੁਣ ਉਹਦੇ ਵਿੱਚ ਥੱਡਿਆੜੀ ਜੱਜ ਨੇ ਕੀ ਕਰਿਆ, ਥੱਡਿਆੜੀ ਜੱਜ ਮੈਨੂੰ ਤਾਂ ਲੱਗਦਾ ਉਹ ਵੀ ਆਰਡਰ ਪਤਾ ਨਹੀਂ ਪਹਿਲਾਂ ਲਏ ਜਾਂ ਉਹਨੇ ਇੰਨੀ ਨੈਗਲੀਜੈਂਸ ਕਰੀ ਹੈ। ਉਹਦੇ ਵਿੱਚ ਜਿਹਦੇ ਖਿਲਾਫ ਕੇਸ ਹੈ ਮਾਲਵਿੰਦਰ ਸਿੰਘ ਬਾਲੀ ਦੇ, ਉਹਦਾ ਨਾਮ ਵੀ ਗਲਤ, ਜਿਹੜੀ FIR ਦੀ ਡੇਟ ਆ ਉਹ ਵੀ ਗਲਤ, 9 ਮਹੀਨੇ ਪੁਰਾਣੀ ਕੋਈ FIR ਲਿਖੀ ਹੈ ਆਰਡਰ 'ਚ, ਹੁਕਮ 'ਚ ਜਿਹੜਾ ਅਦਾਲਤ ਨੇ ਰਿਮਾਂਡ ਦਿੱਤਾ ਹੈ ਨੇਹਾ ਜਿੰਦਲ ਨੇ। ਅਤੇ ਉਹਦੇ ਵਿੱਚ ਡੇਟ ਆਫ ਆਰਡਰ ਵੀ ਗਲਤ, ਕਹਿੰਦੀ 16-9 ਨੂੰ ਕਰਿਆ ਮੈਂ ਆਰਡਰ, 16-9 ਨੂੰ ਤਾਂ ਉਹ ਘਰੇ ਬੈਠਾ ਸੀ, ਅਜੇ ਰਾਤ ਨੂੰ 8 ਵਜੇ ਤਾਂ ਫੜਿਆ ਉਹਨੂੰ। ਸੋ ਇਸ ਕਰਕੇ ਉਹ ਰਿਮਾਂਡ ਦਿੱਤਾ ਬਿਨਾਂ, ਵਕੀਲ ਸਾਹਿਬ ਬੈਠੇ ਨੇ ਨਵਕਿਰਨ ਜੀ ਬੜੇ ਸਿਆਣੇ, ਵੀ ਜਾਂ ਤਾਂ ਉਹਨੂੰ ਐਪਲੀਕੇਸ਼ਨ ਆਫ ਮਾਈਂਡ ਕਹਿੰਦੇ ਨੇ ਵਕੀਲ ਇਸ ਚੀਜ਼ ਨੂੰ, ਅਤੇ ਅਸੀਂ ਤਾਂ ਕਹਿੰਦੇ ਵੀ ਬਿਲਕੁਲ ਪੰਜਾਬੀ 'ਚ ਅੱਖਾਂ ਮੀਚ ਕੇ ਆਰਡਰ ਦਿੱਤਾ। ਇਹ ਸੋਹਣੀ ਭਾਸ਼ਾ ਵਰਤਦੇ, ਉੱਥੇ ਵੀ ਬੈਠੇ ਇੱਕ ਸੋਹਣੀ ਭਾਸ਼ਾ ਵਰਤ ਰਹੇ ਸੀ ਇਹ, ਕਿਉਂਕਿ ਇਹਨਾਂ ਰੋਜ਼ ਪਤਾ ਵੀ ਭਾਸ਼ਾ ਚੰਗੀ ਰੱਖੀ ਦੀ ਹੈ, ਪਰ ਅਸੀਂ ਕਈ ਵਾਰ ਬੇਵਕੂਫੀ ਕਰ ਜਾਂਦੇ ਹਾਂ। ਅਤੇ ਅੱਖਾਂ ਮੀਚ ਕੇ ਆਰਡਰ ਦਿੱਤਾ, ਫਿਰ ਦੂਜੀ ਵਾਰੀ ਪੇਸ਼ ਨਹੀਂ ਕਰਿਆ ਉਸ ਜੱਜ ਸਾਹਿਬਾਂ ਨੇ, ਰਿਮਾਂਡ ਐਕਸਟੈਂਡ ਹੀ ਨਹੀਂ ਕਰਿਆ, ਲਿਖ ਦਿੱਤਾ ਕਿ ਇਹਨਾਂ ਨੂੰ ਅੱਜ ਪੇਸ਼ ਨਹੀਂ ਕਰ ਸਕੇ, 14 ਦਿਨ ਬਾਅਦ ਫਿਰ ਪੇਸ਼, 14 ਦਿਨ ਬਾਅਦ ਪੇਸ਼ ਕਰਿਆ ਜਾਵੇ। ਰਿਮਾਂਡ ਕਿੱਥੇ ਹੈ? ਉਹ ਤਾਂ ਖਤਮ ਹੋ ਚੁੱਕਿਆ ਜੇਲ੍ਹ ਦਾ ਪੀਰੀਅਡ, ਹੁਣ ਜਿਹੜੇ ਉਦੋਂ 14 ਦਿਨ ਜੇਲ੍ਹ 'ਚ ਰੱਖੇ ਉਹ ਕਿਹੜੇ ਕਿਹੜੇ ਹੁਕਮ ਨਾਲ ਰੱਖੇ ਨੇ, ਹੁਕਮ ਕਿੱਥੇ? ਉਹ ਵੀ ਅਸੀਂ ਅਰਜ਼ੀ ਦਿੱਤੀ ਵੀ ਦਿਖਾਓ ਹੁਕਮ ਕਿੱਥੇ, ਹੁਕਮ ਤਾਂ ਹੈ ਨਹੀਂ। ਅਤੇ ਹੁਣ ਅਸੀਂ ਇੱਕ ਅਰਜ਼ੀ ਦਿੱਤੀ ਸੀ, ਉਹਦੇ ਵਿੱਚ ਉਹ ਜੱਜ ਸਾਹਿਬ ਅਜੇ ਤੱਕ ਫਸੇ ਹੋਏ ਨੇ, ਅਜੇ ਤੱਕ ਉਹ ਆਰਡਰ ਨਹੀਂ ਕਰ ਸਕੇ। 3 ਦਿਨ ਹੋ ਗਏ, 15 ਤਰੀਕ ਸੀ ਮੇਰੇ ਕੇਸ ਦੀ, 14 ਤੋਂ ਅੱਜ 19 ਹੋ ਗਈ, 5 ਦਿਨ ਹੋ ਗਏ, ਅਜੇ ਤੱਕ ਉਹ ਆਰਡਰ ਨਹੀਂ ਪਾਸ ਕਰ ਸਕੇ। ਇੱਕ ਗੱਲ ਜ਼ਰੂਰ ਹੈ, ਜੇ ਆਪਾਂ ਬੋਲਦੇ ਹਾਂ ਅਸਰ ਕੀ ਪੈਂਦਾ,
ਉੱਥੇ ਉਹਨਾਂ ਨੇ ਇੱਦਾਂ ਹੀ ਅਰਜ਼ੀ ਸੁਣੀ ਨਹੀਂ ਪੂਰੀ ਤਰ੍ਹਾਂ ਠੀਕ ਨਹੀਂ, ਅਸੀਂ ਅੰਦਰ ਸੀਗੇ ਇਹਨਾਂ ਨੂੰ ਪਹਿਲਾਂ ਸਾਡੇ ਵਕੀਲ ਨੂੰ ਕਿਹਾ ਕਿ ਜਵੰਤ ਲਿਓ, ਕਹਿੰਦੇ ਜੀ ਨਹੀਂ ਜਵੰਤ ਲੈਣੀ, ਫਿਰ ਇਹਨਾਂ ਨੂੰ ਕਿਹਾ ਵੀ ਇਹ ਕਹਿੰਦੀ ਜਵੰਤ ਕਾਹਦੀ ਲੈਣੀ, ਅਸੀਂ ਤਾਂ ਇਹਦਾ ਕੇਸ ਹੀ ਝੂਠਾ, ਅਤੇ ਫਿਰ ਇਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਮਨਾ ਲਓ। ਸੋ ਇਹ ਕਾਫੀ ਕੁਛ ਜੱਜ ਸਾਹਿਬਾਂ ਨੇ ਕੋਸ਼ਿਸ਼ ਕਰੀ ਵੀ ਤੁਸੀਂ ਜਵੰਤ ਲੈ ਲਓ, ਜਵੰਤ ਲੈਣੀ ਨਹੀਂ ਮਾਲੀ ਸਾਹਿਬ ਦਾ ਫੈਸਲਾ ਚੜ੍ਹਦੀ ਕਲਾ ਦੇ ਵਿੱਚ। ਮੈਨੂੰ ਉੱਥੇ ਬੈਠੇ ਵੀ ਫੋਨ ਆਇਆ ਕਿ ਮੈਨੂੰ ਪੇਸ਼ ਨਹੀਂ ਕਰ ਰਹੇ, ਪਰ ਕੋਈ ਚੱਕਰ ਨਹੀਂ ਹੈ। ਹੁਣ ਉਸ ਤੋਂ ਬਾਅਦ ਫਿਰ ਦੋ ਤਿੰਨ ਵੀਡੀਓ ਹੋਏ, ਮੇਰੀ ਇੰਟਰਵਿਊ ਹੋਈ, ਉਹ 'ਚ ਮੈਂ ਕਿਹਾ ਵੀ ਜੱਜ ਸਾਹਿਬ ਆ ਗੈਰ ਕਾਨੂੰਨੀ ਕੰਮ ਕਰ ਰਹੇ ਨੇ, ਇਹਨਾਂ ਨੂੰ ਇਸ ਕੁਰਸੀ 'ਤੇ ਬੈਠ ਕੇ ਅਦਾਲਤ ਵਿੱਚ, ਇਹ ਮੈਂ ਨੀਚੇ ਖੜ ਕੇ ਕਿਹਾ, ਇਸ ਕੁਰਸੀ 'ਤੇ ਬੈਠ ਕੇ ਇਹਨਾਂ ਨੂੰ ਕੋਈ ਹੱਕ ਨਹੀਂ ਕਿ ਕਾਨੂੰਨ ਨੂੰ ਤੋੜਨ, ਇਹਨਾਂ ਨੂੰ ਕਾਨੂੰਨ ਨੂੰ ਪਾਲਣ ਕਰਨ ਵਾਸਤੇ ਬਿਠਾਇਆ ਹੈ। ਜੇ ਉਹਨਾਂ ਨੇ ਪੇਸ਼ ਨਹੀਂ ਕਰਿਆ ਸੁਪਰੀਮ ਕੋਰਟ ਦੇ ਹੁਕਮ ਨੇ, ਮੈਂ ਅਪੀਲ ਹੋਇਆ ਕੋਰਟਾਂ ਦੇ ਵਿੱਚ ਵੀਡੀਓ ਕਾਨਫਰੰਸ ਰਾਹੀਂ, ਵੀਡੀਓ ਕਾਨਫਰੰਸ ਜਾਂ ਮੋਬਾਈਲ ਦੇ ਰਾਹੀਂ ਵਟਸਐਪ ਦੇ ਕਾਲ ਦੇ ਉੱਤੇ, ਫਿਰ ਉਹਨੇ ਸ਼ਾਮ ਨੂੰ ਕਾਲ ਵੀ ਕਰੀ ਆ, ਮੈਨੂੰ ਪਤਾ ਲੱਗਿਆ, ਰਣਜੀਤ ਸਿੰਘ ਜੀ ਦੱਸਿਆ ਦੱਸ ਦੇਣਗੇ।